ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ। ਦਿੱਲੀ ਅੰਦੋਲਨ 2 ਜਿਹਦੇ 31 ਅਗਸਤ ਨੂੰ 200 ਦਿਨ ਪੂਰੇ ਹੋ ਰਹੇ ਆ, ਅਤੇ 200 ਦਿਨਾਂ ਵਿੱਚ ਬਹੁਤ ਵੱਡੇ ਇਕੱਠ ਜਿਹੜੇ ਆਪਾਂ ਬਾਰਡਰਾਂ 'ਤੇ ਕਰਨੇ, ਉਹਦੇ ਵਾਸਤੇ ਅਸੀਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਅਤੇ ਉੱਤਰ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੰਦੇ ਹਾਂ ਲੱਖਾਂ ਦੇ ਵੱਡੇ ਇਕੱਠ ਕਰਨ ਵਾਸਤੇ 31 ਅਗਸਤ ਨੂੰ ਮੋਰਚੇ ਵੱਲ ਪਰਤੋਂ। ਅੰਮ੍ਰਿਤਸਰ ਜ਼ਿਲ੍ਹੇ ਦਾ 9ਵਾਂ ਜਥਾ ਜਿਹੜਾ 20 ਅਗਸਤ ਨੂੰ ਰੇਲ ਸਟੇਸ਼ਨ ਅੰਮ੍ਰਿਤਸਰ ਤੋਂ ਰਵਾਨਾ ਹੋ ਰਿਹਾ, ਉਹਦੇ ਨਾਲ ਜੰਡਿਆਲਾ ਗਰੁੱਪ ਅਤੇ ਬਿਆਸ ਤੋਂ ਵੀ ਕਿਸਾਨ ਮਜ਼ਦੂਰ ਚੜ੍ਹਨਗੇ। ਹਜ਼ਾਰਾਂ ਹਜ਼ਾਰਾਂ ਦਾ ਜਥਾ ਜਿਹੜਾ ਉਹ ਸ਼ੰਭੂ ਬਾਰਡਰ ਨੂੰ ਆਪਣੀ ਵਾਰੀ ਅਨੁਸਾਰ, ਆਪਣੇ ਜਥੇਬੰਦੀ ਦੇ ਪ੍ਰੋਗਰਾਮ ਅਨੁਸਾਰ ਸ਼ੰਭੂ ਬਾਰਡਰ ਨੂੰ ਜਾਊਗਾ। ਔਰ ਉਦੋਂ ਤੱਕ ਇਹ ਜਥੇ ਪੰਜਾਬ ਵਿੱਚੋਂ ਦਿੱਲੀ ਅੰਦੋਲਨ 2 ਵਾਸਤੇ ਜਾਂਦੇ ਰਹਿਣਗੇ, ਜਿੰਨੀ ਦੇਰ ਤੱਕ ਕਿਸਾਨਾਂ ਦੀਆਂ ਮੰਗਾਂ MSP ਲੀਗਲ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ ਮਾਫ਼ੀ, ਫਸਲੀ ਬੀਮਾ ਯੋਜਨਾ, ਭਾਰਤ WTO ਤੋਂ ਬਾਹਰ ਆਵੇ, ਨਰੇਗਾ 200 ਦਿਨ ਅਤੇ ਚੰਗੀ ਦਿਹਾੜੀ ਅਤੀ ਆਦਿ ਜਿਹੜੇ ਸਾਡੇ ਮੁੱਦੇ ਹੈਗੇ ਆ। ਇਹਦੇ ਨਾਲ ਨਾਲ ਜਿਹੜੇ ਹਰਿਆਣਾ ਦੇ CM ਨੇ ਬਿਆਨ ਦਿੱਤਾ ਸੀ 24 ਫਸਲਾਂ ਖਰੀਦਣ ਦਾ, ਉੱਦਣ ਵੀ ਕਿਹਾ ਸੀ, ਅੱਜ ਵੀ ਉਹ ਸਾਫ਼ ਝੂਠ ਦਾ ਪਲੰਦਾ ਸਾਬਤ ਹੋ ਗਿਆ। 15-20 ਦਿਨ ਪਹਿਲਾਂ ਬਿਆਨ ਦਿੱਤਾ ਸੀ ਕੋਈ ਇੱਕ ਦਾਣਾ ਖਰੀਦਿਆ, ਹੁਣ ਕੋਡ ਆਫ ਕੰਡਕਟ ਲੱਗ ਗਿਆ, ਚੋਣਾਂ ਆ ਗਈਆਂ 1 ਅਕਤੂਬਰ ਨੂੰ, ਤਾਂ ਹੁਣ ਹਰਿਆਣਾ ਦੇ ਲੋਕ ਦੇਖਣਗੇ ਨਾ ਵੀ ਉਹਨਾਂ ਨੇ ਨਵੀਂ ਸਰਕਾਰ ਕਿਹੜੀ ਚੁਣਨੀ ਆ। ਨਾਲੇ ਹਰਿਆਣਾ ਦੇ ਲੋਕ ਤਾਂ ਇਹ ਵੀ ਖਿਆਲ ਰੱਖਣਗੇ ਵੀ ਕਿਹੜੀ ਸਰਕਾਰ ਨੇ 70,000 ਅਰਧ ਸੈਨਿਕ ਫੋਰਸ ਹਰਿਆਣੇ ਦੇ ਵਿੱਚ ਉਹਨਾਂ ਦੇ ਉੱਤੇ ਲਾਏ, ਕਿਹੜੀ ਸਰਕਾਰ ਨੇ ਇਹ ਕਿਹਾ ਵੀ ਤੁਹਾਡੇ ਪਾਸਪੋਰਟ ਜ਼ਬਤ ਕਰ ਦੇਣੇ ਆ, ਕਿਹੜੀ ਸਰਕਾਰ ਨੇ ਕਿਹਾ ਵੀ ਤੁਹਾਡੀਆਂ ਜਮ੍ਹਾਂਬੰਦੀਆਂ ਅਤੇ ਲਾਲ ਲਾਈਨਾਂ ਮਾਰ ਦੇਣੀਆਂ। ਤਾਂ ਇਹ ਸਾਰਾ ਕੁਛ ਜਿਹੜਾ ਵਾ ਹਰਿਆਣੇ ਦੇ ਲੋਕ ਦੇਖ ਰਹੇ ਨੇ, ਜਿੰਨਾ ਜ਼ਬਰ ਹਰਿਆਣੇ 'ਤੇ ਕੇਂਦਰ ਨੇ ਕੀਤਾ ਉਹ ਵੀ ਤੁਹਾਡੇ ਸਾਹਮਣੇ ਹੈਗਾ। ਤਾਂ ਇਸ ਕਰਕੇ ਇਹ ਬਿਆਨ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਦਿੱਤਾ ਗਿਆ ਸੀ, ਅਤੇ ਗਾਹ ਹੁਣ ਜੇ ਸ਼ੰਭੂ ਬਾਰਡਰ ਨਹੀਂ ਖੋਲਦੀ ਸਰਕਾਰ, ਜਿਵੇਂ ਕੋਡ ਆਫ ਕੰਡਕਟ ਆ ਗਿਆ, ਅਤੇ ਇਹਦਾ ਖਾਮਿਆਨਾ ਵੀ ਇਲੈਕਸ਼ਨਾਂ ਵਿੱਚ ਭੁਗਤਣਾ ਪਊਗਾ ਇਸ ਸਰਕਾਰ ਨੂੰ। ਔਰ ਲੋਕ ਜਾਣਦੇ ਨੇ ਵੀ ਜਿਨ੍ਹਾਂ ਨੇ ਕਿਸਾਨਾਂ 'ਤੇ ਜ਼ੁਲਮ ਕੀਤਾ ਉਹਨਾਂ ਅਧਿਕਾਰੀਆਂ ਨੂੰ ਸਨਮਾਨ ਕਰਨ ਦੀ ਸਿਫਾਰਿਸ਼ ਹਰਿਆਣਾ ਨੇ ਅਤੇ ਕੇਂਦਰ ਕਰਨਾ ਚਾਹੁੰਦਾ ਸੀ, ਕਿਸਾਨਾਂ ਦੇ ਦਬਾਅ ਹੇਠ ਉਹ ਵਾਪਸ ਲੈਣਾ ਪੈ ਗਿਆ। ਅਤੇ ਮੋਰਚੇ ਵਿੱਚ, ਸ਼ੰਭੂ ਮੋਰਚੇ ਵਿੱਚ ਇੱਕ ਸ਼ਹੀਦੀ ਹੋ ਰਹੀ ਆ, ਜਰਨੈਲ ਸਿੰਘ ਮੋਗਾ ਉਹ ਸ਼ਹੀਦ ਹੋਏ ਨੇ। ਅਸੀਂ ਮੰਗ ਕਰਦੇ ਸਰਕਾਰ ਕੋਲ ਉਹਨਾਂ ਦੇ ਪਰਿਵਾਰ ਨੂੰ ਨੌਕਰੀ 'ਤੇ ਮੁਆਵਜ਼ਾ ਦਿੱਤਾ ਜਾਵੇ। ਧੰਨਵਾਦ।